अस्सलाम वालेकुम जी। देखिए अरे ठीक ठाक, मैं आपका मेज़बान है असली। तो आज का व्लॉग करते हैं स्टार्ट। वीडियो अच्छी लगी शेयर और लाइक और सब्सक्राइब ज़रूर करना। मैं जो है ना स्कूलों हूँ उन्होंने वापस आया, तो मैं जो है ना खाना खाता थी। एक तो खुशखबरी है कि जब जो है ना साड़ी गाँव वो असी नानके में लियादी हुई सी, तो वो जो है ना सूह पई है जी। मैं वीडियो शायद बनाई हो जिन्हों मैं पानी पाँदा पाया तो वो सूह पई है। तो हम जो मैं काम कर लगा कि लैटरीन बड़ी गंदी हो गई सी, दीवारा जड़ियाँ ना बड़िया सीमेंट सारा भरीजा पाया। तो मैं जो है ना सोचा कि जो सा रंग बचिया है ना वो उनके उत्ते फेर दिया जाए। अगे भी फेरिया तो वो पैसा जोड़े ना उन्हें ना सही फेरिया। तो हूँ बाकी एक बार पेंट हो सारा चिट्टा। तो हूँ जोड़ा ना जो असं आप कोठी देता वो बच गया था। तो हूँ ग्रीन वाइट वो जड़ा हा था, तो बाल्टी के बनया पे। तो हूँ जरा ना इन करने आए थे मुड़ जरा ना वो साढ़ा गेट उनके मुन जड़े ना उन साफ कर उन्होंने रंग करना था। तो इसलिए जो मैं बुआ दिता मैं कोई बाल ना ही दे जल्दी जल्दी करके तो फिर उन्होंने करने। जी तो आ जड़ी ना पौड़ी आ चुकी है, तो वेख लो। तो हूँ जरा वो उत्थे चढ़ के तो रंग करना है, तो जरा ना करने रंग। तो रंग जरा ना इतों किया स्टार्ट उन्हें ही गारा लैके कि जरा है ना उत्तू ही थले कम आते हैं, तो थलू उत्तू नहीं आते कम। तो मैं क्या चलो ठीक है माजरत है। तो हम जरा बाल्टी चाहे तो लैके जाने उ जी। तो चेक करें आज नहीं ना साड़ी गांस हुई है,
ਅਤੇ ਉਹ ਛੋਟਾ ਜਿਹਾ ਜਿਹੜਾ ਨਾ ਉਹਦਾ ਬੱਚਾ, ਅਤੇ ਮੈਂ ਜਿਹੜਾ ਨਾ ਅੰਮੀ ਜਾਨ ਜਿਹੜੇ ਨਾ ਉਹਦੀ ਰੱਸਾ ਵਟਾਉਣ ਗਈ ਹੋਈ ਹੈ, ਅਤੇ ਮੈਂ ਜਿਹੜਾ ਉਹਦਾ ਧਿਆਨ ਰੱਖਿਆ ਹੋਇਆ, ਅਤੇ ਮੈਂ ਕਿਹਾ ਚਲੋ ਜਿਹੜਾ ਨਾ ਗਾਂ ਵੀ ਚੈੱਕ ਕਰਾ ਲਵੇ ਕਿ ਕਿਹੜੀ ਸੂਈ ਹੈ ਕਿਹੜੀ ਨਹੀਂ, ਅਤੇ ਉਹ ਜਿਹੜਾ ਛੋਟਾ ਜਿਹਾ ਬੱਚਾ ਇਹਦਾ, ਬਾਕੀ ਚੱਜ ਜਾਨ ਜਿਹੜਾ ਰੰਗ ਕਰਦਾ ਪਿਆ ਉਹ ਬਾਹਰੀ ਬਸ ਥੋੜ੍ਹਾ ਜਿਹਾ ਪੂਰਾ ਆਇਆ, ਅੰਦਰੂ ਜਿਹੜਾ ਨਾ ਪੂਰਾ ਨਹੀਂ ਆਇਆ, ਅਤੇ ਇਸ ਲਈ ਜਿਹੜਾ ਨਾ ਮੈਂ ਕਿਹਾ ਚਲੋ ਬਾਹਰੀ ਘਰ ਛੱਡੀ, ਅੰਦਰੂ ਜਿਹੜਾ ਨਾ ਪੂਰਾ ਆਵੇ ਤਾਂ ਕੁਝ ਨਹੀਂ ਹੁੰਦਾ, ਅਤੇ ਹੁਣ ਉਹ ਵੇਖ ਕੀ ਕਰਦਾ ਪਿਆ, ਤਮਾਸ਼ਾ ਲਾਉਂਦਾ ਪਿਆ, ਹੁਣ ਵੇਖੋ ਜੀ। ਅਤੇ ਲੱਕੜਾਂ ਜਿਹੜੀਆਂ ਨਾ ਆ ਚੁੱਕੀਆਂ ਨੇ ਰੇੜੇ ਦੇ ਉੱਤੇ, ਅਤੇ ਹੁਣ ਜਿਹੜਾ ਨਾ ਚਾਹ ਚਾਹ ਕੇ ਇੱਥੇ ਰੱਖਣੀਆਂ ਨੇ, ਅਤੇ ਇਸ ਲਈ ਬਾਲਣ ਜਿਹੜਾ ਨਾ ਥੋੜ੍ਹਾ ਸੀ, ਅਤੇ ਅਸੀਂ ਜਿਹੜਾ ਨਾ ਆੜੇ ਤੋਂ ਮੰਗਾ ਲਿਆ ਹੋਰ ਜ਼ਿਆਦਾ, ਅਤੇ ਖੱਚਰ ਰੇੜੇ 'ਤੇ ਆ ਗਿਆ, ਅਤੇ ਇਹ ਆ ਬਰਾਂਡਾ ਹੈ, ਬਰਾਂਡੇ ਦੇ ਵਿੱਚ ਇੱਥੇ ਜੋੜ ਕੇ ਰੱਖਣੀਆਂ ਨੇ, ਅਤੇ ਕਰਨੇ ਆ ਸਟਾਰਟ। ਅਤੇ ਲੱਕੜਾਂ ਜਿਹੜੀਆਂ ਨੇ ਬਿਲਕੁਲ ਸੁੱਕੀਆਂ ਨੇ, ਉਹ ਦੋ ਲਿਆ ਕੇ ਆਇਆ, ਅਤੇ ਇੰਨੀਆਂ ਵਜ਼ਨੀ ਨਹੀਂ, ਬਿਲਕੁਲ ਸੁੱਕੀਆਂ ਨੇ, ਅਤੇ ਸੁੱਕੀਆਂ ਜਿਹੜਾ ਨਾ ਉਹ ਜ਼ਿਆਦਾ ਕੰਮ ਦਿੰਦੀਆਂ ਨੇ, ਮੈਂ ਕਿਹਾ ਚਲੋ ਠੀਕ ਹੈ, ਅਤੇ ਹੁਣ ਜਿਹੜਾ ਨਾ ਕਰਨੇ ਆ ਸਟਾਰਟ ਜੀ। ਅਤੇ ਆ ਜਣੀਆਂ ਨੇ ਸਾਰੀਆਂ ਲਾ ਦਿੱਤੀਆਂ ਨੇ, ਆ ਚੈੱਕ ਕਰ ਲਓ, ਅਤੇ ਇਹ ਜਣੀ ਨੇ 3 ਮਣ ਲੱਕੜੀ, ਅਤੇ ਉਦੋਂ ਜਣੇ ਨੇ ਸਾਰਾ ਵਿਹਲਾ ਕਰ ਦਿੱਤਾ, ਅਤੇ 3 ਮਣ ਲੱਕੜੀ ਵੇਖ ਲਓ, ਇੰਨੀਆਂ ਕੁ ਲੱਕੜੀਆਂ ਨੇ 3 ਮਣ ਦੀਆਂ, ਅਤੇ ਬਾਕੀ ਜਿਹੜੀਆਂ ਨਾ 2-3 ਮਣ ਜਿਹੜੇ ਨਾ ਸਾਡੀ ਛੱਤ ਦੇ ਉੱਤੇ ਪਈਆਂ ਨੇ, ਉਹ ਕਜ਼ਨ ਦੀ ਸ਼ਾਦੀ ਹੈ ਅਤੇ ਉਹਦੇ 'ਤੇ ਲਿਆਂਦੀਆਂ, ਅਤੇ ਉਹ ਜਣੇ ਨਾ ਪਈਆਂ ਹੋਈਆਂ ਨੇ ਅਜੇ ਤੀਕਰ, ਅਤੇ ਆ ਜਣੇ 3 ਮਣ ਲੱਕੜੇ ਬੜੀ ਸੁੱਕੀ ਲੱਕੜੀ ਦੀ, ਚਲੋ ਕੋਈ ਨਹੀਂ ਗੁਜ਼ਾਰਾ ਹੋ ਜਾਸੀ। ਅਤੇ ਵਲੀਮਾ ਜਿਹੜਾ ਨਾ ਉਹ ਅਸੀਂ ਕਰਨਾ ਉਹ ਜਿਹੜਾ ਹੈ ਨਾ ਮਹਿੰਦੀ ਟਾਈਮ, ਅਤੇ ਹੁਣ ਜਿਹੜਾ ਨਾ ਉਹ ਜ਼ਿਆਦਾ ਜਿਹੜਾ ਵੱਡਾ ਵਲੀਮਾ ਹੁੰਦਾ ਨਾ ਉਹ ਤਾਂ ਅਸੀਂ ਨਹੀਂ ਕਰਨਾ, ਬਾਕੀ ਉਹ ਵੇਖ ਲਓ ਗਲ ਰਿਹਾ ਹੈ, ਵੱਜਦਾ ਜਾਂਦਾ ਹੈ। ਹਾਂਜੀ, ਅਤੇ ਹੁਣ ਜਿਹੜਾ ਨਾ ਅਸੀਂ ਜਾਂਦੇ ਪਏ ਹਾਂ ਜਿਹੜੇ ਨਾ ਕੱਪੜੇ 5-6 ਦੇ ਹੋ ਗਏ, ਸਾਡੀ ਸਲਾਹ ਬਣ ਦਿੱਤੀ ਹੈ ਕਿ ਕੱਪੜੇ ਦੇ ਆ ਵੀ ਦੇ ਆ ਵੀ, ਤਰੀਕ ਜਿਹੜੀ ਹੈ ਨਾ ਉਹ ਆਈ ਖਲੋਤੀ ਹੈ, ਅਤੇ ਹੁਣ ਜਿਹੜਾ ਨਾ ਅਸੀਂ ਜਿਹੜਾ ਨਾ ਕੱਪੜੇ ਦੇ ਮੈਂ ਜਾਂਦੇ ਪਏ ਹਾਂ, ਅਤੇ ਭਾਈ ਜਾਨ ਜਿਹੜਾ ਨਾ ਕੰਮ ਤੋਂ ਆ ਗਏ ਨੇ, ਠੀਕ ਹੈ, ਜਿਹੜਾ ਨਾ ਸਾਂਝੇ ਕਰ ਲਈਏ, ਅਤੇ ਜਾਂਦੇ ਨੇ ਅੱਜ ਜਿਹੜਾ ਕੰਮ ਬਹੁਤ ਜ਼ਿਆਦਾ ਕੀਤਾ, ਅਤੇ ਇਸ ਲਈ ਜਿਹੜਾ ਨਾ ਕੱਪੜੇ ਆ ਟਾਈਮ ਲੈਂਦੇ ਜਾਂਦੇ ਪਏ। ਬਾਕੀ ਜਿਹੜੇ ਨੇ ਫੋਨ ਕੀਤਾ ਕਿ ਉਹ ਕਹਿੰਦਾ ਕਿ ਜਿਹੜਾ ਨਾ ਤੁਸੀਂ ਆ ਜਾਓ ਅਤੇ ਕੱਪੜੇ ਦੇ ਜਾਓ, ਅਸੀਂ ਆ ਕੇ ਚਲੋ ਆ ਜਾਂਦੇ ਹਾਂ, ਅਤੇ ਹੁਣ ਜਿਹੜਾ ਪਿੰਡੋਂ ਨਿਕਲ ਗਿਆ, ਅਤੇ ਜਿਸ ਟਾਈਮ ਸ਼ਹਿਰ ਆਪਣਾ ਉੱਥੇ ਆਪਣਾ ਵਗੈਰਾ, ਅਤੇ ਉੱਥੇ ਫਿਰ ਤੁਹਾਨੂੰ ਖਾਵਾਂਗੇ ਦਰਜੀ ਇੱਕ ਨਵਾਂ, ਅਤੇ ਪਹਿਲੇ ਵੀ ਤੁਹਾਨੂੰ ਕੱਪੜੇ ਸਵਾਉਂਦੇ ਰਹੇ, ਅਤੇ ਹੁਣ ਮੁੜ ਆ ਗਿਆ ਉਹਦਾ ਥੋੜ੍ਹਾ ਦੇਖਦੇ ਹਾਂ ਜੀ। ਅਤੇ ਅਸੀਂ ਜਿਹੜਾ ਨਾ ਕੱਪੜੇ ਲੈਣ ਆਇਆ, ਅਤੇ ਆ ਜਿਹੜਾ ਨਾ ਕੱਪੜੇ ਲੈਂਦੇ ਪਏ, ਅਤੇ ਇਹਦੇ ਵਿੱਚ ਰੰਗ ਜਿਹੜਾ ਨਾ ਪਸੰਦ ਕਰਦੇ ਪਏ, ਪਸੰਦ ਕਰਕੇ ਅਤੇ ਫਿਰ ਜਿਹੜਾ ਨਾ ਕੱਪੜੇ ਲਵਾਂਗੇ, ਚੈੱਕ ਕਰੋ। ਸਹੀ ਹੈ। ਅਤੇ ਆਹ ਜਿਹੜਾ ਜੀ ਰੰਗ, ਅਤੇ ਇਹ ਜਿਹੜਾ ਨਾ ਸਾਨੂੰ ਪਸੰਦ ਆ ਗਿਆ, ਅਤੇ ਇਹ ਜਿਹੜਾ ਰੰਗ ਲੈਣਾ ਹੈ। ਅਤੇ ਰੇਟ ਤੁਸੀਂ ਸੁਣ ਨਹੀਂ ਲਿਆ ਹੋਣਾ, 1300 ਰੁਪਈਆ, 900 ਰੁਪਈਆ ਚਾਚੂ ਦੇ ਨਹੀਂ ਉਹ ਨਾ ਅਗਲੇ ਦਿਨ ਅਸੀਂ ਆਇਆ ਬਾਈ ਰਨ 1600 ਕਿਹਾ ਸੀ, ਲੇਕਿਨ 1100 ਦੇ ਸੀ। ਤੁਹਾਡੀ ਮਿਹਰਬਾਨੀ ਲੈਣਾ, ਇੱਦਾਂ ਗੱਲਾਂ ਨਾ ਕਰੋ, ਮੈਂ ਤੁਹਾਡੀ ਬੜੀ ਤਰੀਕ ਕਰਕੇ 1200, ਹਾਲਾਂਕਿ ਰੇਟ 13 ਹੀ ਹੈ, ਮੈਂ ਤੁਹਾਨੂੰ 1200 ਲਾ, ਚਲੋ 1000 ਰੁਪਇਆ ਲੈ ਲਓ, ਮੈਂ ਤੁਹਾਡੇ ਨਾਲ ਝਗੜਾ ਤਾਂ ਕਰਨਾ ਕੋਈ, 1000 ਰੁਪਇਆ ਲੈ ਲਓ। ਹਾਂ ਵੇਖੋ, ਇੰਨੀਆਂ ਦੁਕਾਨਾਂ ਛੱਡ ਕੇ ਵੀ ਸਾਡੇ ਕੋਲ ਨਹੀਂ ਆਉਂਦੇ, ਕਿਉਂਕਿ ਸਲਾਮਤੀ ਕਾਰਨ ਜਾਣਾ ਮਾਰਨਾ ਨਹੀਂ।
चीज़ असं जाना शुरू आ चुके हैं तो सूट जाना ना वो एक लैना से तो ले लिया तो बाकी हम दर्जी साहब को आ गए तो बाकी ये सूट जाना ना हम देने तो इन्हों का मेचा होना है तो फिर जाना रात हो ही चुकी है तो अजे तिकर जाना ना टाइम को नहीं भाई साहब कुछ बैठे हुए बिल्कुल उतू लेंदे फैसलाबाद या कि महंगा जी तो आ मेरा सूट आओ आ भी मेरा है ये भी मेरा चेक करना है असल बुक की है या दो नंबर ए दो नंबर के होने हटा उन्हें रेट दसिया पता लग जा महंगी छापर अपना सूट पाला मुड़ के फिर तू कहना छापर दे काला ना भी मेचा दे दिए 40,000 तू मेचा दे पहले सीधे हो वो रेशमी सिलाई कर आई है रेशमी है क्या हां हां जी बॉर्स ऑफ करो सूट चेक करो कजन दा जी काला सूट काला नहीं मम्मा और केड़े ए ब्लू ब्लैक ब्लू ब्लैक इनु एक बार शो कोली रखो तू पर कांड योर इंफॉर्मेशन पे कर तू मैं भाई ठीक है कपड़े ने ना वो दुले सिंगर की नहीं सिलाई ला रहा फुल प्यार मोहब्बत करके तुम्हें इस गल का पता है सादी सिलाई वैसे जो आम की ला रहा अच्छा डबल सिलाई नलकियां ला चुके ₹3600 बनना वैसे ਹੁਣ ਇਹਦੇ ਚ ਜਿੰਨੀ ਪਿਆਰ ਮੁਹੱਬਤ ਤੁਸੀਂ ਕਰਨੀ ਹੋ ਕਰ ਤੁਸੀਂ ਕਰਨੀ ਆ ਤੁਸੀਂ ਜੋ ਤੁਹਾਡਾ ਦਿਲ ਕਰੇ ਤੁਸੀਂ ਦੇ ਜਾਣਾ ਹਾਂਜੀ ਤੇ ਮੈਂ ਜਿਹੜਾ ਨਾ ਹੁਣ ਆ ਚੁੱਕਾ ਹਾਂ ਘਰ ਤੇ ਭਾਈ ਸਾਹਿਬ ਜਿਹੜਾ ਨਾ ਰਾਤ ਦੇ ਕੁਛ 7 ਵਜਦੇ ਪਏ ਨੇ ਤੇ ਹੁਣੇ ਹੁਣੇ ਜਿਹੜਾ ਨਾ ਉਹ ਮੈਂ ਆਪਣੀ ਗਾਂ ਜਿਹੜੀ ਨੂੰ ਚਵਾਈਏ ਤੇ ਚਵਾ ਕੇ ਤੇ ਹੁਣ ਜਿਹੜੇ ਨਾ ਸਾਰੇ ਸੌ ਗਏ ਨੇ ਤੇ ਮੈਂ ਵੀ ਜਿਹੜਾ ਨਾ ਸੌਵਾਂ ਅਤੇ ਵੀਡੀਓ ਚੰਗੀ ਲੱਗੇ ਸ਼ੇਅਰ ਅਤੇ ਲਾਈਕ ਔਰ ਸਬਸਕ੍ਰਾਈਬ ਕਰਨਾ ਅਤੇ ਬੈੱਲ ਆਈਕਨ ਜਿਹੜੀ ਹੈ ਨਾ ਉਹਨੂੰ ਜ਼ਰੂਰ ਦਬਾਉਣਾ ਕਿ ਜਿਹੜੇ ਨੋਟੀਫਿਕੇਸ਼ਨ ਆ ਤੁਹਾਨੂੰ ਮਿਲਦੀ ਰਹੀ ਮੇਰੇ ਚੈਨਲ ਦੀ ਅਤੇ ਦੋਵਾਂ ਮੈਂ ਯਾਦ ਰੱਖਣਾ ਅੱਲਾ ਹਾਫਿਜ਼।